फिलौर तो धार्मिक स्थान ते मत्था टेकन गई श्रद्धालुओं की भरी हुई बस दियां ब्रेकां फेल करन करके होया हादसा। 30 तो वध व्यक्ति हुए गंभीर रूप जख्मी। जी तो असी कि अज सवेरे शहर फिलौर तो दो श्रद्धालुओं दियां भरी हुई बसा धार्मिक स्थान लई मत्था टेकन लई खरागढ़ विखे गई सन, जिथे एक बस दियां ब्रेकां फेल होण करके हादसा वापर गया अते 30 तो वध व्यक्ति गंभीर रूप जख्मी हो गया। प्राप्त जानकारी अनुसार इस बस के ब्रेकों वाले प्रैशर पाइप फटने कारण यह हादसा होया। गंभीर विच होए जख्मियों को गढ़शंकर के सिविल हॉस्पिटल विखे इलाज लई लंदा गया, जिथे उत्थे डॉक्टरों की टीम ने उन्होंने फास्ट एड दिता। जख्मी श्रद्धालुओं की कहण ते उन्होंने सारे जख्मियों फिलौर के सिविल हॉस्पिटल विखे रैफर कर दिता। जिते ही सिविल हॉस्पिटल विखे जख्मी श्रद्धालु पुजे तो सिविल हॉस्पिटल फिलौर विखे हाहाकार मच गई और लोगों का जमावड़ा लगना शुरू हो गया। डॉक्टर की टीम ने जख्मी श्रद्धालुओं वधिया तरीके ट्रीट किया, वधिया तरीके उन्होंने इलाज किया। उत्थे मौके पर पुजे आम आदमी पार्टी के हलका इंचार्ज प्रेम कुमार ने भी जख्मियों का हाल चाल पुछा, इन्हों डॉक्टरी सहायता में मदद दी, तो ही उन्होंने होर वक्रे वक्रे हॉस्पिटलों रैफर भी करवाया। उधर सिविल हॉस्पिटल दे डॉक्टर की टीम ने कहा है कि जिहड़े व्यक्ति दे गंभीर रूप जख्मी होए हैं उन्होंने असी वक्रे वक्रे हॉस्पिटलों में रैफर करता है, तो जिन्हां दे माइनर सट्टा लगिया हैं उन्होंने असी इलाज लई इत्थे सिविल हॉस्पिटल फिलौर विखे ही रखा है। उन्होंने कहा है कि साडे कोल इस वेले 26 व्यक्ति इंजड़ा है, तो उन्होंने जो होर व्यक्ति हैं वह छुट्टी लेके घर चले गए हैं। उन्हें कहा है कि यह हादसा किवें वापरिया सानू यह तो नहीं पता, लेकिन साढ़े को जख्मी व्यक्ति जो आए हैं सारे फिलौर न रिलेटड बाय दसे जाते हैं। तो उधर संगत में गए फिलौर शहर के वासी विलाना नौजवान ने दसा है कि जदों साड़ी बस चरण गंगा को पुजी तो उतराई तो उतरन समय साड़ी बस की ब्रेक के प्रैशर पै फटने कारण यह सारा हादसा वापर गया, जिस विच 30 तो वध श्रद्धालु जख्मी हो गए हैं। तो आओ देखते हैं कि है सिविल हॉस्पिटल फिलौर का मंजर।
ਬਿਲਕੁਲ ਜੀ, ਅੱਜ ਤੁਸੀਂ ਸ਼ਹਿਰ ਫਲੌਰ ਤੋਂ ਦੋ ਬੱਸਾਂ ਲੈ ਕੇ ਅੱਜ ਖੁਰਾਲਗੜ੍ਹ ਨੂੰ ਤੁਸੀਂ ਗਏ ਸੀਗੇ, ਜਿਹਦੇ ਵਿੱਚ ਕਾਫੀ ਸ਼ਰਧਾਲੂ ਸੀਗੇ ਮੱਥਾ ਟੇਕਣ ਗਏ ਜਿਹੜੇ। ਪਤਾ ਲੱਗਾ ਵੀ ਇੱਕ ਬੱਸ ਜਿਹੜੀ ਹੈਗੀ ਆ ਉਹ ਖਰਾਬ ਹੋ ਗਈ ਹੈਗੀ ਆ, ਇੰਸੀਡੈਂਟ ਹੋਇਆ ਹੈਗਾ, ਕੀ ਸਾਰਾ ਮਾਮਲਾ ਹੈਗਾ, ਤੁਸੀਂ ਨਾਲ ਸੀਗੇ ਸਰ? ਇਸ ਤਰ੍ਹਾਂ ਆ ਜੀ, ਉਹ ਬੱਸ ਦੀ ਨਾ ਬ੍ਰੇਕ ਫੇਲ ਹੋ ਗਈ। ਅੱਛਾ ਜੀ। ਅਸੀਂ ਖੁਰਾਲਗੜ੍ਹ ਚਰਨ ਗੰਗਾ 'ਤੇ ਪਹੁੰਚੇ ਸੀਗੇ ਜੀ, ਉੱਥੇ ਬ੍ਰੇਕ ਫੇਲ ਹੋਣ ਦੇ ਕਾਰਨ ਉਹ ਬੱਸ ਜਿਹੜੀ ਆ ਜੰਪ ਕਰ ਗਈ ਉਹ ਚੜ੍ਹਾਈ ਤੋਂ। ਓਕੇ। ਅਤੇ ਉਹਦੇ ਨਾਲ ਕਾਫੀ ਸੱਟਾਂ ਲੱਗੀਆਂ। ਓਕੇ। ਕਿੰਨੇ ਕੁ ਬੰਦੇ ਸੀ ਬੱਸ ਵਿੱਚ ਭਾਜੀ? ਬੱਸ ਦੇ ਵਿੱਚ ਸੀਗੇ ਜੀ 40 ਕੁ ਬੰਦੇ ਸੀਗੇ। ਓਕੇ। ਉਹਨਾਂ ਵਿੱਚੋਂ 15 ਬੰਦਿਆਂ ਮਤਲਬ ਠੀਕ ਵਾ ਅਤੇ 5 ਬੰਦਿਆਂ ਜ਼ਿਆਦਾ ਸੱਟ ਲੱਗੀ। ਅੱਛਾ, ਅਤੇ ਉਹ ਕਿੱਥੇ ਆ ਇਸ ਟਾਈਮ ਬੰਦੇ? ਉਹ ਜੀ ਗੜਸ਼ੰਕਰ ਰੈਫਰ ਕਰਤੇ ਸੀਗੇ। ਓਕੇ। ਅਤੇ ਬਾਕੀ ਉੱਥੇ ਨਜ਼ਦੀਕੀ ਹੋਸਪਿਟਲ ਆ, ਉੱਥੇ ਇਹਨਾਂ ਦੇ ਇਲਾਜ ਕਰਾ ਕੇ ਅਸੀਂ ਫਲੋਰ ਲਿਆ। ਤੁਸੀਂ ਫਲੋਰ ਲਿਆ ਹੈ ਨਾ? ਹਾਂਜੀ। ਅਤੇ ਦੋ ਬੱਸਾਂ ਗਈਆਂ ਸੀਗੀਆਂ? ਹਾਂਜੀ, ਦੋ ਬੱਸਾਂ ਗਈਆਂ। ਅਤੇ ਦੂਸਰੀ ਬੱਸ ਪਹੁੰਚ ਗਈ ਸੀ ਉੱਥੇ? ਹਾਂਜੀ ਹਾਂਜੀ, ਦੋਨੇ ਬੱਸਾਂ ਇਕੱਠੀਆਂ ਸੀ ਭਾਜੀ। ਓਕੇ। ਅਤੇ ਜਿਹੜੇ ਉਹ ਤੁਸੀਂ 4 ਦੱਸ ਰਹੇ ਆ, 5 ਜਿਹੜੇ ਜ਼ਿਆਦਾ ਮੇਜਰ ਉੱਥੇ ਹੈਗੇ ਆ, ਇੰਜਰਡ ਹੋਏ ਹੈਗੇ ਆ, ਉਹ ਉੱਥੇ ਹੀ ਆ ਜਾਂ ਇੱਥੇ ਰੈਫਰ ਕਰਨਗੇ? ਉਹ ਵੀ ਰੈਫਰ ਇੱਥੇ ਕਰ ਦੇਣੇ ਫਲੋਰ ਗੜਸ਼ੰਕਰ ਤੋਂ ਜੀ। ਇਹ ਸਾਰੇ ਬੰਦੇ ਜਿਹੜੇ ਇੰਜਰਡ ਹੋਏ ਆ ਸਾਰੇ ਫਲੋਰ ਸ਼ਹਿਰ ਦੀ ਆ? ਹਾਂਜੀ, ਸਾਰੇ ਫਲੋਰ ਸ਼ਹਿਰ ਦੀ ਆ। ਓਕੇ। ਦੇਖੋ ਗੱਲ ਇਸ ਤਰ੍ਹਾਂ ਵੀ, ਸਵੇਰੇ ਜਿਹੜੀ ਸੰਗਤ ਆ ਗੁਰਦੁਆਰਾ ਖਰਾਲਗੜ੍ਹ ਸਾਹਿਬ ਜਿਹੜੀ ਸੀ ਉਹ ਗਈ ਹੈਗੀ ਆ, ਦੋ ਬੱਸਾਂ ਗਈਆਂ, ਤਕਰੀਬਨ ਲਗਭਗ 70 ਕੁ ਜਿਹੜੇ ਸੀਗੇ ਸ਼ਰਧਾਲੂ ਜਿਹੜੇ ਫਲੌਰ ਤੋਂ ਗਏ ਸੀਗੇ। ਉਹਦੇ ਵਿੱਚ ਸਾਡੇ ਆ ਐਮ ਸੀ ਰਾਜਾ ਸੰਧੂ ਹੋਣੀ ਵੀ ਸੀਗੇ, ਔਰ ਜਿਹੜਾ ਹੈਗਾ ਆ ਗੁਰਸ਼ਾਨ ਜਿਹੜਾ ਹੈਗਾ ਟੀਚਰ ਆ ਉਹ ਵੀ ਸੀ, ਔਰ ਇਹ ਇੱਕ ਬੱਸ ਦਾ ਜਿਹੜਾ ਹੈਗਾ ਤਕਰੀਬਨ ਪਿੱਛੇ ਗੜਸ਼ੰਕਰ ਦੇ ਕੋਲ ਕਿਤੇ ਟੋਏ ਦੇ ਨਾਲ ਕੋਈ ਜਿਹੜਾ ਹੈਗਾ ਮਿਸਹੈਪਨਿੰਗ ਹੋ ਗਿਆ ਹੈਗਾ, ਜਿਸ ਦੇ ਨਾਲ ਉੱਥੇ ਜਿਹੜੀਆਂ ਸਾਡੀਆਂ 29 ਜਿਹੜੇ ਸ਼ਰਧਾਲੂ ਜਿਹੜੇ ਹੈਗੇ ਸਾਡੇ ਇੱਥੇ ਫਲੌਰ ਦੇ ਸੀ, ਮਾਤਾਵਾਂ ਭੈਣਾਂ ਬੱਚੇ ਦੇ ਜਿਹੜੇ ਸੀ ਇੱਥੇ ਦਰਸ਼ਨ ਕਰਨ ਗਏ ਸੀਗੇ, ਉਹਨਾਂ ਦੇ ਸੱਟਾਂ ਲੱਗੀਆਂ ਆ। ਉਹਨਾਂ ਦੇ ਵਿੱਚੋਂ 10 ਕੁ ਜਿਹੜੇ ਹੈਗੇ ਆ ਜਿਹੜੇ ਮੇਜਰ ਆ, ਜਿਨ੍ਹਾਂ ਨੂੰ ਇੱਥੇ ਸਿਵਲ ਹਸਪਤਾਲ ਫਲੌਰ ਦੇ ਵਿੱਚ ਅਸੀਂ ਹੁਣ ਵੀ ਇੱਥੇ ਖੜ੍ਹੇ ਹਾਂ, ਮਰੀਜ਼ਾਂ ਦੇ ਕੋਲ ਖੜ੍ਹੇ ਹੈਗੇ ਆ, ਉਹਨਾਂ ਨੂੰ ਜਿਹੜੀ ਆ ਫਸਟ ਏਡ ਜਿਹੜੀ ਆ ਦਿੱਤੀ ਜਾ ਰਹੀ ਆ। ਜਿਹੜੇ ਕੋਈ ਜ਼ਿਆਦਾ ਗੰਭੀਰ ਹੈਗਾ ਉਹਨਾਂ ਨੂੰ ਅਸੀਂ ਇੱਥੋਂ ਕੋਸ਼ਿਸ਼ ਕਰ ਰਹੇ ਹਾਂ ਵੀ ਅੱਗੇ ਰੈਫਰ ਕਰਵਾ ਕੇ ਉਹਨਾਂ ਨੂੰ ਅਸੀਂ ਆਪਣੀਆਂ ਗੱਡੀਆਂ ਦੇ ਵਿੱਚ ਲੈ ਕੇ ਜਿਹੜਾ ਹੈਗਾ ਆ ਜਾਂ ਜਲੰਧਰ ਜਾਂ ਲੁਧਿਆਣੇ ਲੈ ਕੇ ਜਾਵਾਂਗੇ। ਪਰੰਤੂ ਫਿਰ ਵੀ ਜਿਹੜਾ ਹੈਗਾ ਇਹ ਜ਼ਾਨੀ ਨੁਕਸਾਨ ਹੋਣ ਤੋਂ ਜਿਹੜਾ ਹੈਗਾ ਬਚਾਅ ਹੋ ਗਿਆ। ਸੱਟਾਂ ਜ਼ਰੂਰ ਜਿਹੜੀਆਂ ਗੰਭੀਰ ਲੱਗੀਆਂ ਆ, ਸਿਵਲ ਹਸਪਤਾਲ ਦਾ ਜਿਹੜਾ ਪ੍ਰਸ਼ਾਸਨ ਆ ਉਹ ਵੀ ਬੱਬਾ ਭਾਰ ਹੋਇਆ ਪਿਆ ਹੈਗਾ। ਇੱਥੇ ਦੇ ਜਿਹੜੇ ਐਨ ਜੀ ਓ ਸੰਸਥਾਵਾਂ ਆ, ਸਾਡੇ ਇੱਥੇ ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਆ ਉਹ ਵੀ ਆਣ ਕੇ ਜਿਹੜਾ ਹੈਗਾ ਸਿਵਲ ਹਸਪਤਾਲ ਫਲੌਰ ਦੇ ਕਰਮਚਾਰੀਆਂ ਦੇ ਨਾਲ ਮਦਦ ਕਰਵਾ ਰਹੇ ਆ, ਔਰ ਅਸੀਂ ਵੀ ਉਸ ਪਰਮਾਤਮਾ ਅੱਗੇ ਅਰਦਾਸ ਦੁਆ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਜਿਹੜਾ ਹੈਗਾ ਇਹਨਾਂ ਜਿਹੜਾ ਹੈਗਾ ਮਰੀਜ਼ਾਂ ਦਾ ਜਿਹੜਾ ਹੈਗਾ ਆ ਉਹ ਤੰਦਰੁਸਤੀ ਹੋਵੇ। ਔਰ ਇੱਕ ਜ਼ਰੂਰ ਅਸੀਂ ਇੱਥੇ ਗੱਲ ਸਾਂਝੀ ਕਰਨੀ ਚਾਹੁੰਦੇ ਹਾਂ, ਸਿਵਲ ਹਸਪਤਾਲ ਫਲੌਰ ਦੇ ਜਿਹੜੇ ਵਿੱਚ ਡਾਕਟਰਾਂ ਦੀ ਜਿਹੜੀ ਹੈਗੀ ਆ ਕਮੀ ਮਹਿਸੂਸ ਕਰਦੇ ਹਾਂ। ਪਰਸੋਂ ਵੀ ਮੈਂ ਜਿਹੜਾ ਹੈਗਾ ਹੈਲਥ ਆਪਣੇ ਸਿਹਤ ਮੰਤਰੀ ਨੂੰ ਜਿਹੜੇ ਹੈਗਾ ਭੇਜਿਆ ਆ ਤਾਂ ਕਿ ਇਸ ਹਸਪਤਾਲ ਜਿਹੜਾ ਹੈਗਾ ਸਬ ਡਿਵੀਜ਼ਨ ਦਾ ਇੱਥੇ ਜਿਹੜਾ ਹੈਗਾ ਡਾਕਟਰਾਂ ਦੀ ਘਾਟ ਨਾ ਹੋਵੇ, ਕਿਤੇ ਕੋਈ ਇੱਦਾਂ ਦੀ ਅਣਸਕਾਮੀ ਘਟਨਾ ਹੁੰਦੀ ਹੈ ਤਾਂ ਤੁਰੰਤ ਜਿਹੜਾ ਹੈਗਾ ਇਲਾਜ ਜਿਹੜਾ ਹੈਗਾ ਉਹ ਇਹਨਾਂ ਮਰੀਜ਼ਾਂ ਦਾ ਹੋ ਸਕੇ। ਪਰੰਤੂ ਅੱਜ ਜਿਹੜਾ ਹੈਗਾ ਹਸਪਤਾਲ ਦੇ ਡਾਕਟਰਾਂ ਦੀ ਬਾਖੂਬੀ ਆ, ਮਿਸਾਲ ਆ, ਤੁਸੀਂ ਦੇਖਦੇ ਆ ਵੀ ਸਾਰੇ ਪੱਬਾਂ ਭਾਰ ਆ, ਪੂਰਾ ਪ੍ਰਸ਼ਾਸਨ ਜਿਹੜਾ ਹੈਗਾ ਇੱਥੇ ਸਬ ਡਿਵੀਜ਼ਨ ਦਾ ਪੂਰਾ ਪੱਬਾਂ ਭਾਰਦਾ ਪਿਆ ਹੈਗਾ, ਅਤੇ ਅਸੀਂ ਸਾਰੇ ਰਲ ਕੇ ਜਿਹੜਾ ਹੈਗਾ ਇਹਨਾਂ ਦੇ ਲਈ ਜਿਹੜਾ ਹੈਗਾ ਹਾਜ਼ਰ ਹਾਂ, ਔਰ ਅਸੀਂ ਇਹਨਾਂ ਦੇ ਲਈ ਜਿਹੜਾ ਹੈਗਾ ਇਲਾਜ ਕਰਵਾਉਣ ਲਈ ਜਿੱਥੇ ਜਿਹੜੀ ਵੀ ਕੋਈ ਸੁਵਿਧਾ ਮੌਜੂਦ ਹੋਈ ਉਹ ਅਸੀਂ ਕਰਵਾਉਣ ਲਈ ਸਾਬਤ ਹੋ। ਸਰ ਜਿਹੜੇ 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 ਇੰਜਰਡ ਹੋਏ ਸੀ 29 ਦੇ, 29 ਇੱਥੇ ਸਾਰੇ ਟ੍ਰਾਂਸਫਰ ਕੀਤੇ ਸਰ? ਉਹ 29 ਇੱਥੇ ਆਏ ਆ, ਜਿਹੜੇ ਕੋਈ ਮੇਜ਼ਰ ਕੋਈ ਜ਼ਿਆਦਾ ਹੈਗੀ ਆ ਉਹ ਹੁਣ ਅਸੀਂ ਪਤਾ ਕਰ ਰਹੇ ਹਾਂ ਵੀ ਕੁਝ ਨਾ ਕੁਝ ਰੈਫਰ ਜਿਹੜੇ, ਕਿਉਂ ਵਿੱਚ ਆਵਾਜ਼ ਵੀ ਆਈ ਸੀ ਕਹਿੰਦੇ ਵੀ ਜਿਹੜੇ ਜ਼ਿਆਦਾ ਮੇਜਰ ਇੰਜਰਡ ਹੈਗੇ ਆ ਵੀ ਉਹ ਗੜਸ਼ੰਕਰ ਹੋਸਪਿਟਲ ਵਿੱਚ ਹੈਗੇ ਆ, ਅਤੇ ਟੋਟਲ 29 ਹੋਏ ਹੈਗੇ ਆ। ਹੁਣ ਜਿਹੜਾ ਡਾਟਾ ਆ ਜਿਹੜਾ ਹੈਗਾ ਅਸੀਂ ਇੱਥੇ ਦੇਖਦੇ ਹਾਂ ਵੀ ਕਿੰਨਾ ਸਿਵਲ ਹਸਪੀਟਲ ਫਲੌਰ ਦੇ ਵਿੱਚ ਆਏ ਨੇ, ਔਰ ਉਹ ਪਤਾ ਕਰਦੇ ਵੀ ਗੜਸ਼ੰਕਰ ਦੇ ਵਿੱਚ ਜਿੱਥੇ ਵੀ ਹੈਗੇ ਆ ਤਕਰੀਬਨ ਸਾਰੇ ਜਿਹੜੇ ਹੈਗੇ ਆ ਇੱਥੇ ਆ ਗਏ ਹੈਗੇ ਆ। ਗੜਸ਼ੰਕਰ ਹੁਣ ਕੋਈ ਨਹੀਂ ਹੈਗਾ, ਸਾਰੇ ਜਿਹੜੇ ਹੈਗੇ ਆ ਸਿਵਲ ਹਸਪਤਾਲ ਫਲੌਰ ਦੇ ਵਿੱਚ ਆ ਗਏ ਆ। ਅਸੀਂ ਦੇਖਦੇ ਹਾਂ ਵੀ ਜਿਹੜਾ ਕੋਈ ਜ਼ਿਆਦਾ ਹੋਇਆ ਤਾਂ ਅਸੀਂ ਉਸ ਨੂੰ ਅੱਗੇ ਜਿਹੜਾ ਹੈਗਾ ਲਿਜਾ ਕੇ ਜਿਹੜਾ ਹੈਗਾ ਉਹਨਾਂ ਦੀ ਜਿਹੜਾ ਇਲਾਜ ਕਰਵਾਵਾਂਗੇ। ਡਾਕਟਰ ਸਾਹਿਬ, ਤੁਹਾਡੇ ਕੋਲ ਐਕਸੀਡੈਂਟ ਕੇਸ ਆਇਆ ਜਿਹਦੇ ਵਿੱਚ ਕਾਫੀ ਲੋਕ ਇੰਜਰਡ ਹੈਗੇ ਆ, 25 ਤੋਂ 26 ਲੋਕ ਇੰਜਰਡ ਹੈਗੇ ਆ। ਪਤਾ ਲੱਗਾ ਵੀ ਉਹ ਜਿਹੜਾ ਐਕਸੀਡੈਂਟ ਆ ਗੜਸ਼ੰਕਰ ਦੇ ਲਾਗੇ ਛਾਗੇ ਕਿਤੇ ਹੋਇਆ ਹੈਗਾ ਨਾ ਸਰ, ਕੀ ਸਾਰਾ ਮਾਮਲਾ ਹੈਗਾ, ਕਿੰਨੇ ਕੁ ਬੰਦੇ ਇੱਥੇ ਹੈਗੇ ਆ, ਕਿੰਨੇ ਕੁ ਰੈਫਰ ਕਰ ਦਿੱਤੇ ਗਏ ਹੈਗੇ? ਅੱਜ ਸਾਡੇ ਕੋਲ ਅਰਾਊਂਡ 20 ਤੋਂ 25 ਲੋਕ ਆਏ ਹੋਏ ਸੀ ਪਹਿਲਾਂ, ਜਿਹਨਾਂ ਵਿੱਚੋਂ ਅਰਾਊਂਡ 20 ਤਾਂ ਠੀਕ ਸੀਗੇ ਜੀ ਜੀ, ਅਤੇ 4-5 ਲੋਕਾਂ ਦੇ ਫ੍ਰੈਕਚਰ ਵੀ ਸੀਗੇ। ਓਕੇ। ਉਹਨਾਂ ਨੂੰ ਸਾਨੂੰ ਰੈਫਰ ਕਰਨਾ ਪਿਆ ਸਿਵਲ ਹੋਸਪਿਟਲ ਜਲੰਧਰ ਜੀ। ਪਤਾ ਲੱਗਾ ਵੀ ਹਾਦਸਾ ਹੋਇਆ ਕਿੱਦਾਂ, ਤੁਹਾਨੂੰ ਦੱਸਿਆ ਉਹਨਾਂ ਨੇ? ਪੂਰੀ ਤਰ੍ਹਾਂ ਤੋਂ ਨਹੀਂ ਪਤਾ ਲੱਗਿਆ। ਓਕੇ ਠੀਕ ਹੈ।